ਉਂਗਲਾਂ ਦੁਖਣ ਲੱਗ ਗਿਆ ਫਰੰਟ ਜਿਹੜੀਆਂ ਹੁੰਦੀਆਂ ਉਂਗਲਾਂ ਦਾ ਸਰੋ ਫਲ ਹੋਣ ਲੱਗ ਗਏ ਨੇ ਕਿਤੇ ਕਿਤੇ ਹੁੰਦੀ ਵੀ ਨੀ ਬਈ ਵਿੱਚ ਹਾੜੇ ਦੇ ਵਿੱਚ ਪਈ ਜਾਂਦੀ ਆ ਇੰਨੀ ਚੱਲੀ ਜਾਂਦਾ ਐ ਲੱਗਦਾ ਪਤਾ ਨੀ ਕਿੱਥੇ ਆ ਗਏ ਓ ਬਾ ਓ ਬ੍ਰੋ ਓ ਬ੍ਰੋ ਉਧਰ ਦੇਖੋ ਇੱਥੇ ਨੀ ਹੋ ਰਹੀ ਸਨੋਫਾਲ ਲੈ ਅਟਲ ਟਨਲ ਤੋਂ ਪਹਿਲਾਂ ਸਨੋਫਾਲ ਇੰਨੀ ਹੋ ਰਹੀ ਸੀ ਆਹ ਪਾਣੀ ਜੰਮਿਆ ਪਿਆ ਸਾਰਾ ਚੱਲੀਏ ਤੈਨੂੰ ਵਾਹ ਇੱਧਰ ਕੀ ਲੇਹ ਆ ਕਾਰਗਿਲ ਆ ਇੱਧਰ ਤਾਂ ਜਾਣ ਦਾ ਨਹੀਂ ਫਾਇਦਾ ਸ਼੍ਰੀਨਗਰ ਰੋਹਤਾਂਗ ਕਾਜ਼ਾ ਰੋਹਤਾਂਗ ਵੱਲ ਚੱਲਦੇ ਆ ਹੈਂ ਟ੍ਰੈਕਿੰਗ ਉਹ ਤਾਂ ਕਿੱਦਾਂ ਖੇਡਦੇ ਫਿਰ ਖੇਡਣਾ ਤੂੰ ਲਓ ਜੀ ਫਸਟ ਟਾਈਮ ਆਈ ਐਮ ਡਨ ਅਟਲ ਟਨਲ ਹੁਣ ਆਉਂਦੇ ਰਹਾਂਗੇ ਜਾਂਦੇ ਰਹਾਂਗੇ ਆਉਂਦੇ ਰਹਾਂਗੇ ਜਾਂਦੇ ਰਹਾਂਗੇ ਇਹਦੇ ਚਾਹੀਦੇ ਹੋ ਹਰ ਗਰਮੀਆਂ ਨੂੰ ਇੱਥੇ ਗੇੜਾ ਮਾਰ ਜਾ ਕਰਨਾ ਆਪਾਂ ਵਾਹ ਯਾਰ ਵਾਹ ਹੁਣ ਚੱਲਦੇ ਹਾਂ ਅੱਗੇ ਦੇਖਦੇ ਹਾਂ ਰੋਹਤਾਂਗ ਵਾਲੀ ਰੋਡ ਹੈ ਰੋਹਤਾਂਗ ਵੱਲ ਦੇਖਦੇ ਹਾਂ ਜਾ ਕੇ ਕਿੱਦਾਂ ਹਿਸਾਬ ਕਿਤਾਬ ਜਾ ਇੱਥੇ ਬਾਈਕ ਸਲਿੱਪ ਹੋਣ ਦੇ ਵੀ ਬਹੁਤ ਚਾਂਸ ਹੁੰਦੇ ਨੇ ਇੱਥੇ ਖੜੀਏ ਦੋ ਮਿੰਟ ਕਿੱਥੇ ਖੜ ਸਕਦੇ ਹੋ ਹੱਥ ਪੈਰ ਸੁੰਨ ਹੋਏ ਪਏ ਨੇ ਸੁੰਨ ਉਹ ਉਹਦੇ ਝਰਨਾ ਗੱਡੀ ਉੱਤੋਂ ਮਾਰਿਆ ਦਿਖਦਾ ਨਹੀਂ ਹੋਣਾ ਕੈਮਰੇ 'ਚ ਬਰਫ ਦਾ ਪਾਣੀ ਪਿਘਲਦਾ ਪਿਆ ਸਾਰਾ ਬਰਫ ਦਾ ਪਾਣੀ ਬਾਈ ਰੋਹਤਾਂਗ ਜਾ ਕੇ ਆਏ ਹੋ ਆਪ ਕਿਤਨੀ ਦੂਰ ਹੈ ਬਰਫ ਪੜ ਰਹੀ ਹੈ ਵਾ ਬਾਈਕ ਜਾ ਸਕਦੀ ਆਰਾਮ ਸੇ ਸਕਿਡ ਕਰਤੀ ਹੈ ਮਤਲਬ ਜਮੀ ਹੋਈ ਹੈ ਨੀਚੇ ਕਿਤਨੀ 12-15 ਕਿਲੋਮੀਟਰ ਹੈ ਹਾਂ ਫਿਰ ਚੱਲਦੇ ਹੋ ਹਾਂ ਹਾਂ ਇਹ ਤਾਂ ਸਲੋ ਹੀ ਚਲਾ ਦੇਗੇ ਹਮ ਤਾਂ ਇਹ ਤਾਂ ਨਹੀਂ ਰੋਹਤਾਂਗ ਤੱਕ ਨਹੀਂ ਗਏ ਰੋਹਤਾਂਗ ਤੱਕ ਰੋਹਤਾਂਗ ਰੋਹਤਾਂਗ ਇਧਰ ਨਹੀਂ ਕੋਕਸਰ ਕੇ ਆਗੇ ਤਾਂ ਚੈੱਕ ਪੋਸਟ ਹੈ ਅੱਛਾ ਔਰ ਮਤਲਬ ਚੈੱਕ ਪੋਸਟ ਸੇ ਲਗਭਗ 700 ਮੀਟਰ ਪਹਿਲੇ ਹੀ ਉਹਨਾਂ ਨੇ ਰੋਕ ਦਿਆ ਕਿਉਂਕਿ ਉਸ ਚੈੱਕ ਪੋਸਟ ਤੇ ਜਾਣੇ ਮੇਂ ਇਤਨੀ ਬਰਫ ਥੀ ਕਿ ਗਾੜੀ ਇੱਕ ਤੋਂ ਸਪੀਡ ਹੋ ਰਹੀ ਥੀ ਹਮ ਤਾਂ ਪਿੱਛੇ ਰੁਕ ਜਾਏਂਗੇ ਭਾਈ ਗਿਰਨਾ ਜ਼ਰੂਰ ਹੈ ਚਲੋ ਦੇਖਦੇ ਹਾਂ ਓਕੇ ਥੈਂਕ ਯੂ ਸੇਫ ਟੂ ਯੂ ਚਲੋ ਹੁਣ ਜਾ ਕੇ ਉਹਨੇ ਅੱਗੇ ਜਿੱਥੇ ਤੱਕ ਵੀਰਾ ਕਹਿੰਦਾ ਸੀ ਅਤੇ ਆਪਾਂ ਆਹ ਉੱਥੇ ਖੜਿਆ ਅਟਲ ਟਨਲ ਪਾਰ ਕਰਕੇ ਇੱਥੇ ਆ ਗਏ ਅਤੇ ਦੇਖੋ ਯਾਰ ਬਰਫ ਹੀ ਬਰਫ ਪੈ ਰਹੀ ਆ ਕੀ ਦੱਸੀਏ ਨਜ਼ਾਰਾ ਆ ਰਿਹਾ ਫੁੱਲ ਬਟਾ ਫੁੱਲ ਬਹੁਤ ਮਜ਼ਾ ਆ ਰਿਹਾ ਚਲੀਏ ਆਪਾਂ ਫਿਰ ਅੱਗੇ ਮੇਰੀ ਵੀਡੀਓ ਹਾਂ ਚੱਲ ਚੱਲ ਬਾਈ ਹੁਣ ਸਾਡਾ ਪ੍ਰੋਗਰਾਮ ਅੱਗੇ ਵੱਲ ਨੂੰ ਜਾਣ ਦਾ ਰੋਹਤਾਂਗ ਗੱਲ ਕਹਿੰਦੇ ਜਾਣ ਨਹੀਂ ਦਿੰਦੇ ਦੋ ਮੁੰਡੇ ਜਿਹਨਾਂ ਨੂੰ ਆਏ ਸੀਗੇ ਉਹਨਾਂ ਨੂੰ ਪੁੱਛਿਆ ਅੱਗੇ ਪਤਾ ਨਹੀਂ ਕਿਹੜੀ ਜਗ੍ਹਾ ਉਹਨਾਂ ਨੇ ਬੋਲੀ ਆ ਹੁਣ ਜਾ ਕੇ ਦੇਖਦੇ ਹਾਂ ਸਨੋਫਾਲ ਹੋ ਰਹੀ ਹੈ ਵਧੀਆ ਯਾਰ ਗੁੰਜਰ ਹਵਾ ਚੱਲਦੀ ਹੈ ਠੰਡੀ ਲੱਤਾਂ ਦੇ ਬੁਰੇ ਹਾਲ ਹੋ ਗਏ ਲੱਤਾਂ ਦੇ ਬੁਰੇ ਹਾਲ ਹੋ ਗਏ ਬਹੁਤ ਬਰਫ ਪਈ ਹੈ ਯਾਰ ਓਕੇ ਲਓ ਵੀ ਮੋਟਰਸਾਈਕਲ ਆਪਣਾ ਸਲਿੱਪ ਕਰਨ ਲੱਗ ਗਿਆ ਹਲਕਾ ਹਲਕਾ ਹੁਣ ਆਪਾਂ ਬਹੁਤ ਸਲੋ ਸਪੀਡ 'ਤੇ ਜਾਣਾ ਬਰਫ ਜੰਮੀ ਹੋਈ ਆ ਅੱਜ ਜਿੱਦਾਂ ਆਪਾਂ ਜੰਮੀ ਹੋਈ ਆ ਰਿਸਕ ਨਹੀਂ ਲੈਣਾ ਇੱਥੇ ਨੋ 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 ਅਤੇ ਗੱਡੀ ਉੱਚੀ ਉੱਚੀ ਬਰਫ ਪਈ ਆ ਦੇ ਸਾਹਮਣੇ ਝਰਨਾ ਜੰਮਿਆ ਹੋਇਆ ਆ ਦੇ ਓਏ ਝਰਨਾ ਜੰਮਿਆ ਹੋਇਆ ਉਹਦੇ ਬਰਫ ਪਿੱਛੇ ਕਰਨ ਨੂੰ ਗੱਡੀ ਖੜੀ ਯੈਸ ਬਹੁਤ ਨਜ਼ਾਰਾ ਆ ਰਿਹਾ ਬਾਈ ਬਹੁਤ ਨਜ਼ਾਰਾ ਆ ਰਿਹਾ ਕਣੀਆਂ ਪੈਣ ਲੱਗ ਗਈਆਂ ਨੇ ਯੈਸ ਮੀਂਹ ਪੈਣ ਲੱਗ ਗਿਆ ਕਣੀਆਂ ਪੈਣ ਲੱਗ ਗਈਆਂ
ਜਿੱਥੇ ਤਾਂ ਜ਼ਿਆਦਾ ਆ ਗਏ ਫਿਰ ਸਾਨੂੰ ਖੜਨਾ ਪੈਣਾ। ਉਹ ਮੈਨੂੰ ਲੱਗਦਾ ਚੈੱਕ ਪੋਸਟ ਆ ਗਈ ਆ ਉਹ ਸਾਹਮਣੇ ਜਿੱਥੇ ਮੁੰਡਿਆਂ ਨੇ ਕਿਹਾ ਸੀ। ਓਏ ਹੋਏ 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 ਓਏ ਹੋਏ ਹੋਏ ਹਾਂ ਇੱਥੇ ਥੋੜ੍ਹੀ ਧੁੱਪ ਨਿਕਲੀ ਥੋੜ੍ਹੀ ਜਿਹੀ। ਪਿੱਛੇ ਕੋਈ ਨਹੀਂ ਆ ਰਿਹਾ, ਉਹ ਵੀ ਨਹੀਂ ਆ ਰਹੇ ਮੈਨੂੰ ਲੱਗਦਾ, ਮੁੜ ਗਏ ਪਿੱਛੇ ਹੀ ਉਹ ਆ ਜੇ ਇੱਥੇ। ਇੱਥੇ ਇੱਦਾਂ ਦੀ ਜਗ੍ਹਾ 'ਤੇ ਖਤਰਾ ਹੁੰਦਾ। ਹਾਂ ਹੁਣ ਬਰਫ਼ ਦਿਖਣ ਲੱਗ ਗਈ, ਆਹ ਤਾਂ ਸਨੋਫਾਲ ਹੁੰਦੀ ਪਈ, ਹੁਣ ਸਨੋਫਾਲ ਦਿਖ ਰਹੀ ਆ। ਮੈਨੂੰ ਲੱਗਦਾ ਹੁਣ ਆਪਾਂ ਨੂੰ ਕੈਮਰਾ ਜਿਹੜਾ ਬੰਦ ਕਰਨਾ ਪੈਣਾ। ਕੀ ਹੋ ਗਿਆ? ਓਏ ਹੋਏ ਆ ਜਾ ਵੀ, ਇੱਥੇ ਸਨੋਫਾਲ ਹੋਣ ਲੱਗ ਗਈ, ਮੈਨੂੰ ਲੱਗਦਾ ਕੈਮਰਾ ਬੰਦ ਕਰਨਾ ਪੈਣਾ। ਡਰ ਹੀ ਲੱਗਦਾ ਮੈਂ, ਬਟਨ ਸਲਿਪ ਹੋ ਰਿਹਾ ਸਿਰਫ 100 ਮੀਟਰ ਹੋਰ ਬਰਫ਼ ਪੈਂਦੀ ਆ, ਹਲਕੀ ਹਲਕੀ ਬਰਫ਼ ਪੈ ਰਹੀ, ਹਲਕੀ ਹਲਕੀ ਮਾਈਨਰ ਜੀ ਦਿਖ ਨਹੀਂ ਰਹੀ, ਅੱਗੇ ਰਸਤਾ ਬੰਦ। ਆਹ ਇੱਥੇ ਬਹੁਤ ਖਤਰਾ ਹੋਣਾ, ਇੱਥੇ ਸਲਿਪ ਕਰਨ ਦਾ ਬਾਰਡਰ ਹੋਣਾ, ਜਾਣਾ ਅੱਗੇ ਚੱਲ ਜਾਂਦੇ ਥੋੜ੍ਹਾ ਜਿਹਾ। ਹਾਂ ਹਾਂ ਹੌਲੀ ਹੌਲੀ ਲੈ ਜਾਣਾ ਪੈਣਾ, ਹੌਲੀ ਹੌਲੀ। ਇੱਥੇ ਸਿਰਫ 4x4 ਕਾਮਯਾਬ ਹੈ, ਕਰਦਾ। ਅੱਗੇ ਰਾਹ ਹੀ ਬੰਦ ਕੀਤਾ ਉਹਦੇ ਬਰਫ਼ੀ ਅੱਗੇ ਤਾਂ ਥੱਲੇ। ਜਲੰਧਰ ਕਪੂਰਥਲਾ, ਅੱਛਾ ਮੋਗੇ ਤੋਂ। ਹਾਂਜੀ ਹਾਂ ਸਾਹਮਣੇ ਝਰਨਾ। ਤੁਸੀਂ ਬੜੀ ਹਿੰਮਤ ਮਾਰੀ ਬਾਈ ਬਾਈਕ ਤੇ ਆਉਣ ਦੀ। ਹੋਰ ਬਾਈ ਸ਼ੌਂਕ ਮੋਟਰਸਾਈਕਲ ਤੇ ਆ, ਉੱਥੋਂ ਹੀ ਆ ਰਹੇ ਹੋ ਹੁਣ ਸਿੱਧਾ? ਨਹੀਂ ਇਹ ਤਾਂ ਕੱਲ ਕੁੱਲੂ ਰੁਕ ਗਏ ਸੀ ਰਾਤ, ਅੱਛਾ ਹਨੇਰਾ ਜ਼ਿਆਦਾ ਹੋ ਗਿਆ ਸੀ। ਆਖਰੀ ਪੁਆਇੰਟ ਉਪਰਾ ਵਾ, ਗਿੱਲੇ ਹੀ ਹੋਊਗੇ ਅੱਗੇ, ਉਹ ਰਹਿਣ ਦੇ ਫਾਇਦਾ ਨਹੀਂ ਕੋਈ, ਛੱਡ ਪਰੇ ਆ ਹੀ ਜਾ ਵਾਪਸ, ਅੱਗੇ ਹੈ ਨਹੀਂ ਜਗ੍ਹਾ। ਆ ਇੱਥੇ ਵੀ ਕਦੇ ਵੀ ਫਿਸਲ ਸਕਦੇ ਆਪਾਂ। ਉਹ ਤੇਰੀ ਉਹ ਤੇਰੀ ਹਲਕੀ ਹਲਕੀ ਸਨੋ ਪਈ ਆ, ਹਲਕੀ ਹਲਕੀ ਲਾਈਟ ਜੀ ਆ ਰਹੀ। ਆਹ ਕਿੰਨਾ ਹੋਆ ਰੂਮ ਜਹਾ, ਉੱਤੇ ਚੜੀਏ ਯਾਰ ਨਹੀਂ ਚੱਲ, ਉੱਤੇ ਨਹੀਂ ਰਹਿਣ ਦੇ, ਉਂਗਲਾਂ ਦੁਖਣ ਲੱਗ ਗਈਆਂ। ਮੋਟਰਸਾਈਕਲ ਦਾ ਇੰਜਣ ਵੀ ਠੰਡਾ ਪੈ ਗਿਆ, ਦੇਖ ਲੈ ਇੱਥੇ ਆ ਕੇ ਇੰਨੀ ਠੰਡੀ, ਉਂਗਲਾਂ ਦੁਖਣ ਲੱਗ ਗਈਆਂ, ਫਰੰਟ ਜਿਹੜੀਆਂ ਹੁੰਦੀਆਂ ਉਂਗਲਾਂ ਤੋਂ ਉਹ ਦੁਖਣ ਲੱਗ ਗਿਆ। ਹਾਂ ਬਾਈ ਉਹ ਵੀ ਆ ਗਏ ਸਾਰੇ, ਬਸ ਇੱਥੇ ਤੱਕ ਕੈਂਡਾ, ਉਹ ਤੋਂ ਅੱਗੇ ਫਿਰ ਬਰਫ਼ ਚੱਕੀ ਨਹੀਂ ਹੋਈ, ਰਾਹ ਬੰਦ ਆ, ਰੋਹਤਾਂਗ ਵੱਲ ਜਾ ਨਹੀਂ ਸਕਦੇ। ਉਹ ਬੰਦੇ ਨੇ ਸਹੀ ਕਿਹਾ ਸੀ, ਇੱਥੇ ਕਿਤੇ ਕਿਤੇ ਸਨੋਫਾਲ ਹੋਣ ਲੱਗ ਗਏ ਨੇ, ਕਿਤੇ ਕਿਤੇ ਹੁੰਦੀ ਵੀ ਨਹੀਂ ਪਈ, ਵਿੱਚ ਹਟ ਜਾਂਦੀ ਆ, ਵਿੱਚ ਪਈ ਜਾਂਦੀ ਆ, ਇੱਦਾਂ ਹੀ ਚੱਲੀ ਜਾਂਦਾ। ਬਾਕੀ ਨਿਆਰੇ ਪੂਰੇ ਨੇ ਹੱਥ ਜੰਮੇ ਪਏ ਨੇ ਲਾਲ, ਆਹ ਚੀਜ਼ਾਂ ਨੂੰ ਦੁਖਣ ਲੱਗ ਗਿਆ ਬਰਫ਼ ਦੇ ਨਾਲ। ਕਿਤੇ ਕਿਤੇ ਸਨੋਹ ਪੈਣ ਲੱਗ ਗਈ, ਕਿਤੇ ਕਿਤੇ ਸਨੋਹ ਪੈਂਦੀ ਆ, ਕਿਤੇ ਕਿਤੇ ਨਹੀਂ ਪੈਂਦੀ, ਹਲਕੀ ਹਲਕੀ ਬਿਲਕੁਲ ਬਰੀਕ ਬਰੀਕ ਆ ਦੇ ਡਿੱਗਦੀ ਪਈ ਆ ਹਲਕੀ ਹਲਕੀ। ਹਾਂ ਇੱਥੇ ਖੜਦੇ 2 ਮਿੰਟ, ਧੁੱਪ ਨਿਕਲੀ ਆ, ਧੁੱਪ ਤਾਂ ਨਿਕਲੀ ਆ, ਮਤਲਬ ਕਿ ਸਿਰਫ ਆਰਟੀਫਿਸ਼ਲ ਸੇਕ ਤਾਂ ਜਮਾ ਹੀ ਨਹੀਂ ਲੱਗ ਰਿਹਾ, ਜਮਾ ਹੀ ਨਹੀਂ। ਚਲੋ ਤੁਸੀਂ ਬੈਕ ਹੀ ਲੈ ਕੇ ਜਾਓਗੇ ਹੁਣ? ਬੈਕ ਹੀ ਆਊਗੀ, ਉੱਥੇ ਤਾਂ ਬਹੁਤ ਦੂਰ ਤੱਕ ਬੈਕ ਹੀ ਲੈਣੀ ਪੈਣੀ, ਅੱਗੇ ਹੈ ਨਹੀਂ ਉੱਥੇ ਰਾਹ, ਮੋੜ ਜਾਣੀ ਬਰਫ਼ ਲੱਗ ਕੇ ਨਾ ਫਿਰ। ਚਲੋ ਆ ਵੀਰ ਹੁਣ ਵੀ ਚਲੇ ਗਏ, ਆਏ ਸੀਗੇ ਕਿੱਥੋਂ ਆਏ ਸੀ ਇਹ? ਮੋਗੇ ਤੋਂ ਆਏ ਸੀ ਬੰਦੇ ਇਹ ਬਈ, ਉਹਨਾਂ ਦੀ ਫੋਰਚੂਨਰ ਉੱਥੇ ਸਲਿੱਪ ਕਰਦੀ ਸੀ ਪੂਰੀ। ਯੈਸ ਯੈਸ ਯੈਸ, ਮਿਸ਼ਨ ਸਕਸੈਸਫੁਲ, ਮਿਸ਼ਨ ਸਕਸੈਸਫੁਲ ਹੋ ਗਿਆ ਬਈ ਆਪਣਾ, ਕਿੰਨੇ ਟਾਈਮ ਦੇ ਲੱਗੇ ਸੀ, ਜਾ ਕੇ ਆਉਣਾ ਜਾ ਕੇ ਆਉਣਾ ਜਾ ਕੇ ਆਉਣਾ। ਹਾਲੇ ਤੱਕ ਕੈਲੋਂਗ ਨਾ, ਅੱਗੇ ਥੋੜ੍ਹਾ ਜਿਹਾ 24-25 ਕਿਲੋਮੀਟਰ ਅੱਗੇ ਕੈਲੋਂਗ ਆ, ਅਤੇ ਉੱਥੇ ਜਾਣ ਦਾ ਇਰਾਦਾ ਸੀ ਪਰ ਹੁਣ ਤਾਂ ਮਿੱਟੀ ਹੋ ਗਿਆ ਇਰਾਦਾ, ਉੱਥੇ ਤਾਂ ਆਪਾਂ ਜਾ ਹੀ ਨਹੀਂ ਸਕਦੇ, ਜਮਾ ਨਹੀਂ ਜਾ ਸਕਦੇ, ਸੋਚ ਹੀ ਨਹੀਂ ਸਕਦੇ ਮਤਲਬ ਉੱਥੇ ਜਾਣ ਦਾ, ਕਿਉਂਕਿ ਰੋਹਤਾਂਗ ਤੱਕ ਹੀ ਨਹੀਂ ਜਾ ਸਕਦੇ, ਅੱਗੇ ਤੱਕ ਫਿਰ ਕੀ ਜਾ ਹੁਣ। ਮੌਸਮ ਐਡਾ ਸੋਹਣਾ ਹੋ ਗਿਆ ਨਾ, ਪੂਰੀ ਬੱਲੇ ਬੱਲੇ ਹੋ ਗਈ, ਓਏ ਨਿਆਰੇ ਆ ਗਏ। ਯਾ 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 ਹੂ ਹੂ।
ਓਕੇ ਅਸੀਂ ਨਿਕਲ ਚੱਲੇ ਵਾਪਸ ਕਿਉਂਕਿ ਇਹ ਸਾਡਾ ਐਂਡ ਪੁਆਇੰਟ ਸੀਗਾ ਤੋਂ ਅੱਗੇ ਜਾ ਨਹੀਂ ਸਕਦੇ ਹੁਣ ਅਸੀਂ ਅਟਲ ਟਨਲ ਕੋਲ ਜਾ ਕੇ ਰੁਕਦੇ ਹਾਂ ਅਤੇ ਤੁਸੀਂ ਆ ਚੈੱਕ ਕਰੋ ਹਾਂ ਸਹੀ ਹੈ ਨਾ ਸਾਰਾ ਵਧੀਆ ਚਲੋ ਚੱਲੀਏ ਰੈਡੀ ਹੈ ਰੈਡੀ ਹੈ ਰੈਡੀ ਹੈ ਅੱਛਾ ਨਾ ਚਿੱਟਾ ਇੰਨਾ ਮਤਲਬ ਤੇਰੀ ਉਹ ਨਹੀਂ ਦਿਖ ਰਹੀ ਚਿਹਰਾ ਨਹੀਂ ਦਿਖ ਰਿਹਾ ਜਿੰਨਾ ਦਾ ਰੰਗ ਆ ਓਰੀਜਨਲ ਕਾਲਾ ਹੋ ਗਿਆ ਮੈਂ ਕਿਹਾ ਇੱਥੇ ਖੜ੍ਹ ਜਾ ਹੁਣ ਅੱਗੇ ਤਾਂ ਹੋਰ ਕਿਤੇ ਤਾਂ ਆਪਾਂ ਜਾਣਾ ਨਹੀਂ ਉਹ ਬੱਦਲ ਹੋਇਆ ਪਿਆ ਮੈਨੂੰ ਲੱਗਦਾ ਇਹ ਸਨੋ ਫਾਲ ਹੋ ਰਹੀ ਆ ਇੱਥੇ ਇਸ ਕਰਕੇ ਅਸੀਂ ਇੱਥੇ ਖੜ੍ਹ ਗਏ ਦੇਖਿਆ ਜਾਊ ਵੀ ਉਹਦੇ ਤਾਂ ਵਧੀਆ ਗੱਲ ਆ ਦੇਖ ਕੇ ਜਾਈਏ ਵਾਹ ਯਾਰ ਖੜ੍ਹ ਕੇ ਨਜ਼ਾਰੇ ਲੈ ਲਓ ਐਨ ਟਾਈਮ ਸਪੈਂਡ ਕਰਕੇ ਜਾਵਾਂਗੇ ਐਨ ਟਾਈਮ ਸਪੈਂਡ ਕਰਕੇ ਜਾਵਾਂਗੇ ਜਿੰਨਾ ਚਿਰ ਤੱਕ ਸਾਡਾ ਜੀ ਕਰੂਗਾ ਕਿਉਂਕਿ ਹਲੇ ਟਾਈਮ 3 ਵਜੇ ਨੇ ਬਹੁਤ ਦਿਨ ਪਿਆ ਹੁਣ ਇੱਥੋਂ ਸਿੱਧਾ ਆਪਾਂ ਮਨਾਲੀ ਜਾ ਕੇ ਮਾਲ ਰੋੜੀ ਘੁੰਮਣਾ ਹੋਰ ਕੁਛ ਕਰਨਾ ਨਹੀਂ ਬਹੁਤ ਟਾਈਮ ਪਿਆ ਉੱਥੇ ਖੜ੍ਹ ਕੇ ਜਾਵਾਂਗੇ ਯਾਰ ਪੂਰਾ ਟਾਈਮ ਸਪੈਂਡ ਕਰਕੇ ਜਾਵਾਂਗੇ ਰਾਹ 'ਚ ਪਜਾਮਾ ਚੇਂਜ ਬਦਲ ਲਿਆ ਸਹੀ ਆ ਠੰਡ ਜ਼ਿਆਦਾ ਹੋ ਗਈ ਨਾ ਤਾਂ ਕਰਕੇ ਪਜਾਮਾ 2 ਚਾੜਦੇ ਮੈਂ ਤਾਂ ਮੋਟੀ ਜੀਨ ਪਾਈ ਹੈ ਵੈਸੇ ਠੰਡ ਲੱਗਦੀ ਹੁਣ ਪਰ ਇਹਦੇ ਉੱਤੇ ਮੈਂ ਕੀ ਪਜਾਮਾ ਚਾੜਾਂ ਪਰ ਸਹੀ ਆ ਬਰਫ ਪੈਂਦੀ ਦਿਖ ਜਾਂਦੀ ਪਰ ਇੱਥੇ ਹੀ ਨੀ ਪੈਂਦੀ ਪਤਾ ਨੀ ਕਿਉਂ ਇੱਥੇ ਹੀ ਨੀ ਪੈ ਰਹੀ ਅਸੀਂ ਆਹ ਬੱਦਲਾਂ ਦੇ ਉੱਤੇ ਯਾਰ ਜਵੀ ਹਾਂ ਥੋੜੇ ਅੱਗੇ ਅੱਗੇ ਆਉਣ ਦਿਖਾਉਣ ਕੁਛ ਚੱਲਵਾ ਆਪਣਾ ਆਹ ਇੱਕ ਚੀਜ਼ ਦਿਖਾਵਾਂ ਉਹ ਦੇ ਝਰਨਾ ਜੰਮਿਆ ਪਿਆ ਉਹ ਦੇ ਝਰਨਾ ਬਿਲਕੁਲ ਫਰੀਜ਼ ਹੋਇਆ ਪਿਆ ਬਿਲਕੁਲ ਫਰੀਜ਼ ਤੇ ਇਹਦੇ ਕੰਢੇ ਕੰਢੇ ਵੀ ਮਾੜਾ ਮੋਟਾ ਫਰੀਜ਼ ਹੈ ਪਾਣੀ ਚਲੋ ਚੱਲੀਏ ਹੁਣ ਖੜ੍ਹਦੇ ਹਾਂ ਅੱਗੇ ਜਾ ਕੇ ਕਿਤੇ ਖੜ੍ਹਨ ਦਾ ਇੱਥੇ ਜਿੰਨਾ ਕੁ ਸਵਾਦ ਲੈਣਾ ਹੀ ਲੈ ਲਿਆ ਹੁਣ ਹੌਲੀ ਹੌਲੀ ਅੱਗੇ ਚੱਲਦੇ ਹਾਂ ਹਾਂ ਨੱਕ ਚੱਲਣ ਲੱਗ ਗਿਆ ਆਪਣੇ ਮਤਲਬ ਜਿੰਨੀ ਠੰਡ ਦਸੰਬਰ ਜਨਵਰੀ 'ਚ ਪੰਜਾਬ 'ਚ ਨਹੀਂ ਨਾ ਪੈਂਦੀ ਉਹ ਤੋਂ ਵੱਧ ਇਸ ਟਾਈਮ ਆ ਇੱਥੇ ਉਹ ਤੋਂ ਕਈ ਗੁਣਾ ਵੱਧ ਪੰਜਾਬ 'ਚ ਤਾਂ ਮੈਨੂੰ ਇਸ ਟਾਈਮ ਐਤਕੀ ਠੰਡ ਤਾਂ ਆਪਾਂ ਲੱਗੀ ਨਹੀਂ ਹੈ ਮਤਲਬ ਮਹਿਸੂਸ ਹੀ ਨਹੀਂ ਹੋਈ ਮੈਨੂੰ ਫਿਰ ਆਵਾਂਗੇ ਕਿਸੇ ਟਾਈਮ ਬਹੁਤ ਜਲਦੀ ਚਲੋ ਚੱਲਦੇ ਹਾਂ ਅੱਗੇ ਹੁਣ ਖੜ੍ਹਦੇ ਹਾਂ ਅਟਲ ਟਨਲ ਕੋਲ ਜਾ ਕੇ ਕਿੱਦਾਂ ਦਾ ਠੰਡਾ ਆ ਹਾਂ ਗਰਮ ਹੈਂ ਮਿੱਠਾ ਓ ਕਿੱਥੋਂ ਡਿੱਗਦਾ ਓ ਕਿੰਨੀ ਉੱਤੋਂ ਡਿੱਗਦਾ ਹੌਲੀ ਹੌਲੀ ਇੱਥੇ ਆ ਰਿਹਾ ਪੂਰੀ ਟੋਪ ਤੋਂ ਡਿੱਗਦਾ ਮੈਂ ਪੂਰੀ ਟੋਪ ਤੋਂ ਪੱਥਰ ਹੀ ਆ ਦੇਖ ਲਾ ਸਾਰਾ ਅਜੇ ਕਿੰਨੀ ਫੁੱਟ ਫੁੱਟ ਬਰਫ਼ ਪਈ ਹੋਈ ਆ ਕਿੰਨੇ ਫੁੱਟ ਹੋ ਗਏ ਸੋ ਅਟਲ ਟਨਲ ਦੇ ਬਾਹਰ ਲਾ ਵਿਊ ਸੋ ਹੁਣ ਦਾ ਵਿਚਾਰ ਇੱਦਾਂ ਵੀ ਮਤਲਬ ਕਿ ਅਟਲ ਟਨਲ ਨਾਲੋਂ ਅਸੀਂ ਥੋੜ੍ਹਾ ਅੱਗੇ ਆ ਗਏ ਇੱਧਰ ਨੂੰ ਦੇਖਦੇ ਹਾਂ ਕੀ ਪੈਂਦਾ ਇੱਧਰ ਵੈਸੇ ਕੇਲਾ ਆਊਂਗਾ 37 ਕਿਲੋਮੀਟਰ ਜਾਣਾ ਤਾਂ ਹੈ ਨਹੀਂ ਫਾਇਦਾ ਨਹੀਂ ਕੋਈ ਕਿਉਂਕਿ ਟਾਈਮ ਵੀ 4 ਵੱਜ ਗਏ ਅਤੇ ਉਹ ਦੂਰ ਆ ਅਤੇ ਮੁੜ ਨਹੀਂ ਹੋਣਾ ਜੇ ਆਪਾਂ ਚਲੇ ਗਏ ਅਤੇ ਇਸ ਕਰਕੇ ਦੇਖਦੇ ਹਾਂ ਕਿੱਥੇ ਤੱਕ ਜਾ ਹੋਣਾ ਜਿੱਥੇ ਤੱਕ ਜਾ ਹੋਗਾ ਠੀਕ ਆ ਨਹੀਂ ਮੁੜ ਆਵਾਂਗੇ ਆਹ ਦੇ ਕਿੰਨੇ ਕਲੀਅਰ ਦਿਖਦੇ ਪਹਾੜ ਇੱਥੇ ਵਾਹ ਯਾਰ ਵਾਹ ਬਹੁਤ ਹੀ ਸੁੰਦਰ ਹੈ ਭਾਈ ਅਸੀਂ ਜਾ ਰਹੇ ਹੁਣ ਵਾਪਸ ਕੋਈ ਇਰਾਦਾ ਨਹੀਂ ਹੈਗਾ ਹੁਣ ਅੱਗੇ ਜਾਣ ਦਾ ਹੁਣ ਕੇਲ ਬਹੁਤ ਦੂਰ ਆ ਹਨੇਰਾ ਹੋ ਜਾਣਾ ਫਿਰ ਸਾਨੂੰ ਐਵੇਂ ਫਸਾਂਗੇ ਬਾਅਦ 'ਚ ਕੋਈ ਫਾਇਦਾ ਨਹੀਂ ਇੱਥੋਂ ਹੀ ਅਸੀਂ ਮੁੜ ਚੱਲੇ ਵਾਪਸ ਮਨਾਲੀ ਨੂੰ ਸਾਹਮਣੇ ਦੇਖ ਲਓ ਯਾਰ ਬਹੁਤ ਸੋਹਣਾ ਯਾਰ ਬਹੁਤ ਇੰਨਾ ਹਸੀਨ ਇਹ ਨਜ਼ਾਰਾ ਦੇਖਦੇ ਰਹੇ ਦੁਬਾਰਾ 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 ਮਨਾਲੀ ਘੁੰਮਦੇ ਹੁਣ ਜਾ ਕੇ ਚੱਲੀਏ ਇਹਨਾਂ ਨੂੰ ਕਰ ਦਿੰਦੇ ਹਾਂ ਬਾਏ 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 ਚੱਲੀਏ ਵਾਪਸ ਇੱਥੇ ਨਾ ਸਾਈਡ ਜਿਹੇ 'ਤੇ ਲਾ ਕੇ ਚੱਲ ਇੱਕ ਫੋਟੋ ਖਿੱਚਦੇ ਹਾਂ ਬਾਏ ਬਾਏ ਇਸ ਵਿਊ ਨੂੰ ਅਗਲੀ ਵਾਰ ਬਹੁਤ ਜਲਦੀ ਦੇਖਾਂਗੇ ਬਾਏ ਬਾਏ 8.5 ਤੋਂ 8.5 ਕਿਲੋਮੀਟਰ ਦੀ ਟਨਲ ਆ ਪੂਰੇ ਓਏ ਹੋਏ ਹਾਂ ਇੱਧਰ ਵੀ ਨਜ਼ਾਰੇ ਨੇ ਪਰਲੇ ਪਾਸੇ ਵੀ ਬਹੁਤ ਨਜ਼ਾਰੇ ਸੀ ਇੱਥੇ ਪੁਲਿਸ ਜਾ ਇੱਧਰ ਖੜ੍ਹ ਨਹੀਂ ਦਿੰਦੀ ਆਹਦੇ ਅਟਲ ਟਨਲ ਦਾ ਇੱਧਰਲੇ ਪਾਸੇ ਇੱਥੇ ਮੇਲਾ ਦਾ ਸਨੋਫਾਲ ਹੋਊਗੀ ਸਨੋਫਾਲ ਅਸੀਂ ਸਨੋਫਾਲ ਦੀ ਉਹ ਵੇਟ ਕਰੀ ਜਾਂਦੇ ਖਾਸੇ ਟਾਈਮ ਦੀ ਪਰ ਖੜ੍ਹਦੇ 2 ਮਿੰਟ 'ਤੇ ਖਾਣ ਪੀਣ ਨੂੰ ਨਹੀਂ ਯਾਰ ਆਪਾਂ ਚੱਲਦੇ ਹਾਂ ਮੈਂ ਕਹਿੰਦਾ ਉਹ ਛੱਲੀ ਲੈਂਦੇ ਹਾਂ ਅੱਗੇ ਕਹੋ ਉਹਦੇ ਛੱਲੀ ਲੈ ਕੇ ਖੜ੍ਹਦੇ ਹਾਂ ਇੱਥੇ ਥੋੜ੍ਹੀ ਦੇਰ ਘੰਟੇ ਕਲੀਅਰ ਹੋ ਹੀ ਗਿਆ ਵੈਸੇ ਲਗਭਗ ਇੱਥੇ ਨਾ ਲੈਂਡ ਸਲਾਈਡ ਹੋ ਗਈ ਇੱਥੋਂ ਬਰਫ਼ ਡਿੱਗ ਪਈ ਸਾਰੀ ਹਾਂ ਯੈਸ ਹਰ ਜਗ੍ਹਾ ਖੜੀ ਹੈ ਥੋੜ੍ਹੀ ਥੋੜ੍ਹੀ ਜਗ੍ਹਾ ਪਏ ਹਾਂ
ਮਤਲਬ ਇੱਥੇ ਨਾ ਬਰਫ਼ ਡਿੱਗੀ, ਪਤਾ ਨਹੀਂ ਕਿੱਥੋਂ ਡਿੱਗੀ ਆ, ਪਿੱਛੇ ਏਡਾ ਬੜਾ ਵੱਟਾ ਡਿੱਗਿਆ ਸੀ, ਬਹੁਤ ਵੱਡਾ ਪੱਥਰ, ਇੱਕ ਕਮਰੇ 'ਚ ਏਡਾ ਪੱਥਰ ਡਿੱਗਿਆ ਸੀ ਸੜਕ 'ਤੇ, ਇਹਨੂੰ ਪਾਸੇ ਕਰ ਰਹੇ ਨੇ ਸਾਰੇ, ਅਤੇ ਬਹੁਤ ਲੰਬਾ ਜਾਮ ਪਿੱਛੇ ਤੱਕ, ਜਾਮ ਹੀ ਜਾਮ ਲੱਗਿਆ ਹੋਇਆ ਹੈ। ਇੱਲਾਂ ਦੇਖਣ ਲੱਗ ਗਿਆ। ਓਕੇ, ਸੋ ਆਪਾਂ ਖੜ੍ਹੇ ਹਾਂ ਇਸ ਟਾਈਮ ਮਨਾਲੀ ਤੋਂ 9 ਕਿਲੋਮੀਟਰ ਪਿੱਛੇ, ਆ ਦੇ ਸਾਹਮਣੇ ਲਿਖਿਆ ਹੋਇਆ, ਅਤੇ ਇੱਥੇ ਮੈਨੂੰ ਫੋਨ ਆ ਗਿਆ ਸੀ, ਮੈਂ ਕਿਹਾ ਯਾਰ ਰੁਕ ਕੇ ਵੀਡੀਓ ਬਣਾ ਲੈਂਦੇ ਹਾਂ, ਵਿਊ ਕਿੱਡਾ ਸੋਹਣਾ ਬਣ ਰਿਹਾ ਇੱਥੇ, ਸੀਨ ਜਾਂ ਮਤਲਬ ਸੀਨਰੀ ਵਿੱਚ, ਇੱਧਰ ਇੱਦਾਂ ਦੀ ਅਤੇ ਇੱਧਰ ਇੱਦਾਂ ਦੀ। ਚਲੋ ਜੀ, ਆਪਾਂ ਪਹੁੰਚ ਗਏ ਮਨਾਲੀ, ਥੋੜ੍ਹਾ ਜਿਹਾ ਦੂਰ ਅੱਗੇ ਇੱਥੋਂ, ਮੈਂ ਕਿਹਾ ਇੱਥੋਂ ਦੇਖਦੇ ਹਾਂ ਪਾਣੀ ਕੋਲ ਖੜ੍ਹਦੇ। ਹਾਂ, ਕੀ ਹੋਇਆ? ਅੱਛਾ, ਰੀਟੇਕ ਲਿਆ ਉਹਨੇ, ਰੀਟੇਕ। ਉਮੜੇ ਉਹ ਥੋਡੀ, ਉਹ ਥੋਡੀ, ਆ ਜਾ ਆ ਜਾ ਆ ਜਾ ਆ ਜਾ। ਪੈਰ ਸੁੰਨ ਹੋਏ ਪਏ ਨੇ, ਜੰਮੇ ਪਏ ਨੇ ਬਰਫ਼ 'ਚ, ਕੁਛ ਮਹਿਸੂਸ ਨਹੀਂ ਹੋ ਰਿਹਾ, ਸੁੱਤੇ ਪਏ ਨੇ ਜਿਵੇਂ ਕਹਿ ਲਾ। ਉਮੜੇ, ਵਾਹ। ਹਾਂ, ਕੀ ਕਰ ਰਹੇ? ਉਹ ਪਾਣੀ ਬਹੁਤ ਠੰਡਾ ਆ, ਉਹ ਜੰਮੇ ਬਰਫ਼ ਆ ਤਾਂ। ਰਾਸਤੇ 'ਚ ਨਾ ਸਾਨੂੰ ਆਉਂਦੇ ਆਉਂਦੇ ਆਹ ਸਪੋਟ ਦੇਖ ਗਿਆ, ਮਤਲਬ ਖੜ੍ਹਨ ਵਾਸਤੇ ਵੀ ਪਾਣੀ ਵੀ ਕੋਲ ਆ, ਲੋਕ ਖੜ੍ਹੇ ਸੀਗੇ ਦੇਖ ਕੇ, ਅਸੀਂ ਵੀ ਇੱਧਰ ਨੂੰ ਆ ਗਏ, ਸੋਚਿਆ ਚੱਲ 2-4 ਮਿੰਟ ਬੈਠ ਕੇ ਜਾਂਦੇ ਹਾਂ। ਪਾਣੀ ਦੀ ਆਵਾਜ਼ ਬਹੁਤ ਤੇਜ਼ ਆ, ਬਹੁਤ ਤੇਜ਼। ਇਹੋ ਜਿਹਾ ਨਜ਼ਾਰਾ ਇੱਦੋਂ ਪਹਿਲਾਂ ਮੈਂ ਦੇਖਿਆ ਸੀ ਬਿਲਾਸਪੁਰ 2020 'ਚ, ਫਰਵਰੀ ਦੇ ਮਹੀਨੇ ਬਿਲਾਸਪੁਰ ਗਏ ਸੀ, ਉੱਥੇ ਵੀ ਇੱਦਾਂ ਦਾ ਨਜ਼ਾਰਾ ਸੀ ਪਾਣੀ ਦਾ, ਪਰ ਉਹ ਜਿੱਦਾਂ ਨਾ ਉਹ ਸੀ, ਡੂੰਘੀ ਨਹੀਂ ਸੀ ਜ਼ਿਆਦਾ, ਮਤਲਬ ਪਾਣੀ ਘੱਟ ਸੀਗਾ ਉੱਥੇ, ਪਰ ਇਹ ਜ਼ਿਆਦਾ ਆ, ਬਹੁਤ ਜ਼ਿਆਦਾ। ਓਕੇ ਗਾਇਸ, ਆਪਾਂ ਪਹੁੰਚ ਗਏ ਆਪਾਂ ਰੂਮ ਦੇ ਵਿੱਚ। ਹੁਣ ਅੱਗੇ ਦਾ ਪਲੈਨ ਇਹ ਆ ਵੀ ਅਸੀਂ ਜਾ ਰਹੇ ਹਾਂ ਮਾਰਕੀਟ ਮਨਾਲੀ ਦੀ, ਮਤਲਬ ਮਨਾਲੀ 'ਚ ਆ ਗਏ, ਸਭ ਤੋਂ ਪਹਿਲਾਂ ਅਸੀਂ ਮਨਾਲੀ ਦੀ ਮਾਰਕੀਟ ਹੀ ਨਹੀਂ ਘੁੰਮੀ, ਮਤਲਬ ਮਨਾਲੀ ਆ ਕੇ ਮਨਾਲੀ ਦੀ ਮਾਰਕੀਟ ਹੀ ਨਹੀਂ ਘੁੰਮੀ, ਅੱਗੇ ਚਲੇ ਗਏ ਇੱਧਰ ਉੱਧਰ ਜਾ ਜੋ ਕੇ, ਫਿਰ ਆ ਕੇ ਹੁਣ ਇੱਥੇ ਆਏ ਹਾਂ। ਅਤੇ ਇਹ ਬੰਦੇ ਨੇ ਲਾਤੀ ਪੱਗ, ਕਹਿੰਦਾ ਹੁਣ ਮੈਂ ਰਿਲੈਕਸ ਹੋ ਗਿਆ, ਕਿਉਂਕਿ ਇਹ ਪੱਗ ਜ਼ਿਆਦਾ ਬੰਨਦਾ ਨਹੀਂ ਨਾ, ਘੱਟ ਵੱਧ ਹੀ ਆ। ਅਤੇ ਫਿਰ ਹੁਣ ਮਾਰਕੀਟ ਜਾ ਕੇ ਉੱਥੇ ਇੰਜੋਇਮੈਂਟ ਜੀ ਕਰਕੇ, ਮਤਲਬ ਖਾ ਖੂ ਕੇ ਮਾੜਾ ਮੋਟਾ ਜੋ ਵੀ ਮਸ਼ਹੂਰ ਆ ਇੱਥੋਂ ਦਾ ਕੁਛ ਵੀ, ਫਿਰ ਰੂਮ 'ਚ ਆ ਕੇ ਆਪਾਂ ਰੈਸਟ ਕਰਾਂਗੇ। ਇੱਕ ਵੀਡੀਓ ਐਡਿਟ ਕਰਨੀ ਆ, ਇੱਕ ਨਹੀਂ ਇੱਕ ਕੱਲ੍ਹ ਵਾਲੀ ਐਡਿਟ ਕਰਨੀ, ਇੱਕ ਅੱਜ ਵਾਲੀ ਐਡਿਟ ਕਰਨੀ ਆ। ਨਿਕਲੀਏ ਆਪਾਂ, ਚਲੀਏ, ਚਲੋ ਮਿਲਦੇ ਹਾਂ ਬਾਜ਼ਾਰ 'ਚ। ਇਹਦੇ ਬੈਕ ਸਾਈਡ ਸਾਡਾ, ਜੋ ਮੈਂ ਤੁਹਾਨੂੰ ਦਿਖਾਵਾਂ ਹੋਟਲ ਸਾਡਾ ਨਾ, ਇੱਥੋਂ ਬੈਕ ਸਾਈਡ ਤੋਂ ਆ ਲਾਲ ਜੀ ਇਹਦੇ ਪਿੱਛੇ ਆ, ਆ ਲਾਲ ਜੀ ਸ਼ੈਡ ਦੇ ਪਿੱਛੇ, ਅਤੇ ਹਾਂ ਦੇਖ ਜਾਂਦਾ ਇੱਥੋਂ, ਇੱਥੋਂ ਵੀ ਵਿਊ ਥੋੜ੍ਹਾ ਜਿਹਾ ਸਹੀ ਹੈ। ਨਹੀਂ ਹੋਰ ਦੇਖ, ਉਹੀ ਯਾਰ ਜਾਣ ਲੱਗੇ ਚਾਹੀਦੀ ਆਪਾਂ ਨੂੰ, ਸਫ਼ਰ 'ਚ ਲਾਉਣੀ ਆ ਬਸ ਮਾੜੀ ਜੀ, ਦੇਖ ਲਾ ਮਾੜੀ ਜੀ, ਇਹੋ ਜਿਹੀ ਲੈਣਾ ਕੋਈ ਆ, ਪੱਗ 'ਚ ਸਹੀ ਲੱਗ ਜਾਂਦੀਆਂ ਇਹੋ ਜਿਹੀਆਂ, ਆ ਪੱਗਾਂ 'ਚ ਸਹੀ ਲੱਗ ਜਾਂਦੀਆਂ ਨੇ, ਇਹ ਲੈ ਲਾ ਸਹੀ ਰਹੂ। ਸੋ ਆਪਾਂ ਘੁੰਮ ਰਹੇ ਹਾਂ ਮਨਾਲੀ ਦਾ ਬਾਜ਼ਾਰ, ਹਲੇ ਸ਼ੁਰੂਆਤ ਆ, ਅੱਗੇ ਮਾਲ ਰੋਡ ਅੱਗੇ ਆ, ਹਲੇ ਇਹ ਸਿਰਫ ਸ਼ੁਰੂਆਤੀ ਮਾਰਕੀਟ ਆ ਇਹ। ਇੱਥੋਂ ਦੀ ਮਾਰਕੀਟ ਹਲੇ ਬਾਕੀ ਸ਼ਹਿਰਾਂ ਨਾਲੋਂ ਬਹੁਤ ਵੱਡੀ ਆ, ਮਤਲਬ ਬਾਕੀ ਜਿਹੜੇ ਹਿਲ ਸਟੇਸ਼ਨ ਹੁੰਦੇ ਨੇ ਉਹਨਾਂ ਦੇ ਮੁਕਾਬਲੇ ਇੱਥੇ ਦੀ ਮਾਰਕੀਟ ਬਹੁਤ ਵੱਡੀ ਆ। ਪਿੱਛੇ ਕਦੋਂ ਘੁੰਮਦਾ ਪਿਆ? ਮੈਂ ਤੇਰਾ ਪਿੱਛਾ ਕਰ ਰਿਹਾ। ਚੱਲ ਆ ਫਿਰ ਅੱਗੇ ਮਾਰੀਏ ਕਿਹੜਾ, ਦੇਖੀਏ ਘੁੰਮਦੇ ਫਿਰਦੇ ਆ। ਟੋਪੀ ਲੈਣੀ ਸੀ ਨਾ ਤੂੰ, ਇਹ ਦੱਸ ਇਹ ਤਾਂ ਜੀ ਦੇਖ ਭਾਈ, ਚੱਲ ਸਹੀ ਲੱਗਦੀ ਆ। ਹਾਂ ਠੀਕ ਆ, ਲੈਣੀ ਆ ਹਮਾਰੇ ਤਾਂ ਗਰਮੀ ਪੜਨੇ ਲੱਗੀ ਯਾਰ, ਓਹੀ ਸਾਡੇ ਤਾਂ ਉੱਥੇ ਗਰਮੀ ਪੈਣ ਲੱਗ ਗਈ, ਹੋਰ ਇੱਥੇ ਠੰਡ ਆ, ਉੱਥੇ ਤਾਂ ਪੂਰੇ ਪਸੀਨੇ ਨੂੰ ਚੜਨ ਲੱਗ ਗਏ। ਆ ਜਾ ਮੰਮੀ ਲਈ ਦੇ 2 ਸ਼ਾਲ, ਇੱਕ ਆਹ ਤੇ ਇੱਕ ਥੱਲੇ। ਹਾਂਜੀ ਨਹੀਂ, ਬਾਕੀ ਤਾਂ ਯਾਰ ਉਹੀ ਦੇਖੇਂਗੇ ਆ ਕੇ। ਓਏ ਹੋਏ ਤਾਰਾ 'ਚ ਫਸ ਗਈ, ਸ਼ੋਪਿੰਗ ਹੋ ਗਈ ਅਤੇ ਚੱਲੀਏ ਹੁਣ ਰੂਮ ਦੇ ਵਿੱਚ। ਜੱਪ ਕਹਿੰਦਾ ਮੇਰੀ ਫੋਟੋ ਖਿੱਚਾ ਬੰਦੇ ਨਾਲ, ਦਿਖਾਉਣਾ ਤੁਹਾਨੂੰ ਮੈਂ ਇੱਕ ਬੜੇ ਦੀ ਪਹਿਲਾਂ ਫੋਟੋ ਖਿੱਚ ਗਈ ਫਿਰ ਤੁਹਾਨੂੰ ਮੈਂ ਦਿਖਾਉਣਾ।